ਫਿਫਥ ਪਾਰਦਰ ਡਾਇਗਰਾਮ ਦਿੱਤਾ ਹੋਇਆ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਆ ਏ ਐਲ ਨੂੰ ਪਾਈਸੈਕਟ ਕਰਦੀ ਪੀ ਐਂਗਲ ਏ ਨੂੰ ਔਰ ਕੁਝ ਦਿੱਤਾ ਹੋਇਆ ਸਾਨੂੰ ਕਿ ਜਿਹਦਾ ਐਂਗਲ ਹਨਾ ਵਿੱਚ ਇੱਕ ਐਂਗਲ ਦਿੱਤਾ ਹੋਇਆ ਦੋਵਾਂ ਦਾ ਕਿ ਸੇਮ ਆ ਤੇ ਕੁਝ ਕਾਮਨ ਵੀ ਦਿੱਤਾ ਹੋਇਆ ਸੋ ਆਪਾਂ ਇਹ ਪ੍ਰੂਵ ਕਰਨਾ ਆ ਕਿ ਦੋਵੇਂ ਟ੍ਰਾਇੰਗਲ ਜਿਹੜਾ ਉੱਪਰ ਵਾਲਾ ਟ੍ਰਾਇੰਗਲ ਔਰ ਥੱਲੇ ਵਾਲਾ ਟ੍ਰਾਇੰਗਲ ਆ ਕਾਂਗਰੈਂਟ ਆ ਤੇ ਇਹ ਵੀ ਪ੍ਰੂਵ ਕਰਨਾ ਕਿ ਜਿਹੜੀ ਬੀਪੀ ਆ ਤੇ ਜਿਹੜੀ ਬੀਕਿਊ ਆ ਉਹ ਕੀ ਆ ਇਕੁਅਲ ਆ ਸੋ ਇਹਨਾਂ ਨੂੰ ਇਕੁਅਲ ਪ੍ਰੂਵ ਕਰਨ ਵਾਸਤੇ ਸਾਨੂੰ ਪਹਿਲਾਂ ਕੋਰਸਪੋਂਡਿੰਗ ਜਿਹੜੇ ਪਾਰਟਸ ਆ ਉਹ ਸਾਨੂੰ ਪ੍ਰੂਵ ਕਰਨੇ ਪੈਣਗੇ ਸੋ ਟ੍ਰਾਇੰਗਲਸ ਹੈਗੀ ਆ A Q B ਐਂਡ ਜਿਹੜੀ ਨੀਚੇ ਟ੍ਰਾਇੰਗਲ ਦਾ A P B ਸੋ ਇਹਨਾਂ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਜਿਹੜਾ ਐਂਗਲ A ਜਿੱਥੇ ਬੰਦਾ ਪਿਆ ਹੈ ਨਾ ਐਂਗਲ 1 ਤੇ ਐਂਗਲ 2 ਆਪਾਂ ਨਾਮ ਦੇ ਦੇਣੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੋਈ ਵੀ ਲਾਈਨ ਇਹਨਾਂ ਨੂੰ ਬਾਈਸੈਕਟ ਕਰਦੀ ਹੋਵੇ ਤੇ ਇਹ ਦੋਵੇਂ ਐਂਗਲ ਜਿਹੜੇ ਆ ਉਹ ਇਕੁਅਲ ਹੋ ਜਾਂਦੇ ਆ ਸੋ ਐਂਗਲ 1 ਤੇ ਐਂਗਲ 2 ਕੀ ਹੈ ਇਕੁਅਲ ਹੈ ਕਿਉਂਕਿ ਜਿਹੜੀ ਐਲ ਲਾਈਨ ਆ ਉਹਨਾਂ ਨੂੰ ਬਾਈਸੈਕਟ ਕਰਦੀ ਪਿਆ ਬਾਈਸੈਕਟ ਕਿੰਨੂੰ ਕਰਦੀ ਆ ਐਂਗਲ A ਨੂੰ ਠੀਕ ਹੈ ਉਸ ਤੋਂ ਬਾਅਦ ਜਿਹੜੀ AB ਸਾਈਡ ਆ ਉਹ ਉੱਪਰ ਵਾਲੇ ਟ੍ਰਾਇੰਗਲ ਦੀ ਔਰ ਥੱਲੇ ਵਾਲੇ ਟ੍ਰਾਇੰਗਲ ਦੀ ਕਾਮਨ ਆ ਠੀਕ ਹੈ ਇਟ ਇਜ਼ ਕਾਮਨ ਔਰ ਜੇ ਆਪਾਂ ਇੱਕ ਹੋਰ ਸ਼ਰਤ ਦੇਖਣੀ ਹੋਵੇ ਧਿਆਨ ਦੇ ਨਾਲ ਤੇ ਆਪਾਂ ਦੇਖ ਸਕਦੇ ਆ ਕਿ ਇਹਦੇ ਵਿੱਚ ਵੀ 90 ਡਿਗਰੀ ਦਾ ਐਂਗਲ ਹੋ ਤੇ ਇਹਦੇ ਵਿੱਚ ਵੀ 90 ਡਿਗਰੀ ਦਾ ਐਂਗਲ ਸੋ ਪਰ ए क्यू बी ਆਊਗਾ ਇੱਥੇ ਐਂਗਲ ਦਾ ਸਾਈਨ ਪਾ ਲੈਣਾ ਇੱਥੇ ਪੀ ਤੇ ਬੰਦਾ ਵਾ ਇਸ ਕਰਕੇ ए पी बी इज 90 ਡਿਗਰੀ ਕਿ ਦੋਵੇਂ ਐਂਗਲ ਹੀ 90 ਡਿਗਰੀ ਦੇ ਆ ਠੀਕ ਹੈ ਸੋ ਦੋ ਤਿੰਨ ਸ਼ਰਤਾਂ ਪ੍ਰੂਵ ਹੋ ਗਈਆਂ ਕਿਹੜੀ ਕਿਹੜੀ ਐਂਗਲ ਸਾਈਡ ਹੀ ਐਂਗਲ ਸਾਈਡ ਐਂਗਲ ਕ੍ਰਾਈਟੇਰੀਆ ਹੈ ਨਾ ਇੱਕ ਸਾਈਡ ਇਹਨਾਂ ਦੇ ਵਿੱਚ ਕਾਮਨ ਸੀ ਉਹ ਦੋ ਜਿਹੜੇ ਐਂਗਲ ਸੀ ਉਹ ਇਹਨਾਂ ਦੇ ਵਿੱਚ ਕ੍ਰਾਈਟੇਰੀਆ ਲੱਗਿਆ ਸੋ ਦੇ ਆਰ ਕਾਂਗਰੈਂਟ ਟ੍ਰਾਇੰਗਲ ਇੱਥੇ ਕਾਂਗਰੈਂਟ ਦਾ ਸਾਈਨ ਪਾ ਲੈਣਾ ਪਹਿਲਾਂ ਨਹੀਂ ਸਾਈਨ ਪਾਉਣਾ ਜਦੋਂ ਪ੍ਰੂਫ ਕਰ ਦਿੱਤਾ ਨਾ ਫਿਰ ਬਾਅਦ ਵਿੱਚ ਆਪਾਂ ਇਹਨਾਂ ਨੂੰ ਲਿਖ ਸਕਦੇ ਹਾਂ ਤਾਂ ਸੋ ਇਹ ਪਹਿਲੀ ਜਿਹੜੀ ਸ਼ਰਤ ਸੀਗੀ ਸਾਨੂੰ ਉਹਨਾਂ ਨੇ ਕਿਹਾ ਪ੍ਰੂਫ ਕਰੋ ਪ੍ਰੂਫ ਹੋ ਗਈ ਹੁਣ ਅਸੀਂ ਇਹ ਪ੍ਰੂਵ ਕਰਨਾ ਸੀਗਾ ਕਿ ਜਿਹੜੀ b p ਸਾਈਡ ਥੱਲੇ ਵਾਲੇ ਟ੍ਰਾਇੰਗਲ ਦੇ ਤੇ ਉੱਪਰ ਵਾਲੇ ਟ੍ਰਾਇੰਗਲ ਦੀ b q ਦੇ ਆ ਇਕੁਅਲ ਹਾਂਜੀ ਇਹ ਇਕੁਅਲ ਆ ਕਿਉਂਕਿ ਦੋਵੇਂ ਟ੍ਰਾਇੰਗਲ ਦਾ ਆਪਾਂ ਕਾਂਗਰੈਂਟ ਪ੍ਰੂਵ ਕਰ ਦਿੱਤੇ ਤੇ ਫਿਰ ਇਹ ਜਿਹੜੀਆਂ ਲਾਈਨਾਂ ਜਿੱਦੋਂ ਦੋ ਟ੍ਰਾਇੰਗਲ ਕਾਂਗਰੈਂਟ ਪ੍ਰੂਵ ਹੋਣ ਇਟ ਮੀਨ ਜਿਹੜੇ ਉਹਦੇ ਕੋਰਸਪੋਂਡਿੰਗ ਪਾਰਟਸ ਰਹਿ ਜਾਂਦੇ ਆ ਨਾ ਉਹ ਵੀ ਇਕੁਅਲ ਹੋ ਜਾਂਦੇ ਆ ਸੋ ਆਪਾਂ ਇੱਥੇ ਲਿਖਣਾ ਕੀ ਆ ਕਾਂਗਰੈਂਸ ਜਾਂ ਕਾਂਗਰੈਂਟ ਪਾਰਟਸ ਆਫ ਕਾਂਗਰੈਂਟ ਟ੍ਰਾਇੰਗਲ That's it.